कतल होया बलात्कार करके उदा कतल किया गया। तुसी की मंग करदे हो प्रशासन को? जिन्हें भी दरिंदे है जिन्हें भी नाल सके सारे नूं फांसी मिलनी चाहिए है। और 12 साल की बच्ची दे नाल बलात्कार होया। बलात्कार करन तो बाद बच्ची दे सिर विच थोड़े मार के उदा कतल किया गया। वाहिगुरु जी का खालसा वाहिगुरु जी की फतेह। तुसी देख रहे हो दीप दमन टीवी चैनल। अज असी इस एक पिंड दे विच पहुंचे हां जिथे एक छोटी जी बच्ची दे नाल दरिंदियां वल्लों बलात्कार किया गया और बलात्कार करन तो बाद उस बच्ची नूं मार दिता गया। आओ उहनां दे माँ प्यो नाल आपां गल्लबात करन दा यतन करदे हां। भाई साहब जी, बच्ची दा नाम की सी? सेल्विया संदीला जी। ਅਤੇ ਬੱਚੀ ਨਾਲ ਕੀ ਕਾਂਡ ਵਾਪਰਿਆ? ਬੱਚੀ ਨਾਲ ਤਾਂ ਦੇਖੋ ਜੀ, ਆਪਣੇ ਸ਼ੁਰੂਆਤ ਤੋਂ ਆਪਣੇ ਇਹੀ ਗੱਲ, ਮਤਲਬ 4 ਵਜੇ ਦੀ ਕੁੜੀ ਗਾਇਬ ਹੋਈ ਸੀਗੀ ਅਤੇ 4 ਵਜੇ ਦੀ ਉਦੋਂ ਬਾਅਦ 'ਚ ਭਾਲ ਚਾਲੂ ਹੋ ਗਈ ਆ ਅਤੇ ਭਾਲ ਕਰਨ ਤੋਂ ਬਾਅਦ ਆਪਣੇ 7:30 ਵਜੇ ਪੁਲਿਸ ਵਾਲੇ ਆਏ ਆ ਤਾਂ ਪੁਲਿਸ ਵਾਲੇ ਆਣ ਕੇ ਤਲਾਸ਼ੀ ਤਲੂਸ਼ੀ ਲੈਣ ਲੱਗ ਪਏ। ਤਲਾਸ਼ੀ ਲੈਣ ਤੋਂ ਬਾਅਦ ਇਹ ਆਪਣੇ ਕੁੜੀ ਅੰਦਰੋਂ ਪਾਈ ਗਈ ਹੈ, ਮਾਰੀ ਹੋਈ ਕੁੜੀ। ਅੱਛਾ, ਅਤੇ ਹੁਣ ਜਿਹੜਾ ਕਾਤਲ ਸੀਗਾ ਬੱਚੀ ਦਾ ਉਹ ਫੜਿਆ ਗਿਆ? ਹਾਂਜੀ, ਉਹ ਫੜਿਆ ਗਿਆ, ਪਰ ਆਪਣੇ ਸਿਰ ਇਕੱਲਾ ਲੈ ਰਿਹਾ, ਬਲਕਿ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਤਾਂ, ਨਾਲ ਹੋਰ ਵੀ ਆ, ਨਹੀਂ ਦੱਸ ਰਹੇ ਹਾਲੇ ਕੁਛ ਵੀ। ਕੁੜੀ ਦੀ ਰਿਪੋਰਟ ਹੋਈ ਹੈ? ਡਾਕਟਰੀ ਰਿਪੋਰਟ ਹੋਈ? ਹਾਂਜੀ, ਸਾਰਾ ਕੁਛ ਹੋਇਆ, ਪਰ ਉਹ ਹਾਲੇ ਰਿਪੋਰਟ ਆਈ ਨਹੀਂ। ਅੱਛਾ, ਹਾਂਜੀ, ਹਾਲੇ ਤੱਕ ਰਿਪੋਰਟ ਆਈ ਨਹੀਂ? ਨਹੀਂ ਜੀ। ਕਿੰਨੇ ਦਿਨ ਹੋ ਗਏ ਆ? ਅੱਜ 13 ਤਰੀਕ ਦੀ, 14 ਤਰੀਕ ਦੀ ਰਿਪੋਰਟ ਹੋਈ ਹੋਆ ਜੀ। ਅੱਛਾ, ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ? ਕੀ ਭਰੋਸਾ ਦਿੱਤਾ ਗਿਆ ਤੁਹਾਨੂੰ? ਪੁਲਿਸ ਵੱਲੋਂ ਤਾਂ ਇਹੀ ਆ ਕਾਰਵਾਈ, ਉਹ ਕਹਿੰਦੇ ਮਤਲਬ ਜੋ ਕੁਛ ਕਰਨਾ ਸੀਗਾ ਇਹ ਕੀਤਾ ਗਿਆ ਆ, ਫਿਰ ਅੱਗੇ ਕੁਛ ਨਹੀਂ ਆ, ਫਿਰ ਜੋ ਆਪਣੇ ਦੋਸ਼ੀ ਸੀਗਾ ਉਹਨੂੰ ਇਹ ਆਪਣੇ ਚਾਰਜਸ਼ੀਟ ਲਾ ਕੇ ਅੱਗੇ ਤੋਰ ਦਿੱਤਾ ਗਿਆ, ਬਸ ਹੋਰ ਕੁਛ ਨਹੀਂ। ਭੈਣ ਜੀ, ਤੁਹਾਡੀ ਬੱਚੀ ਦਾ ਕਤਲ ਹੋਇਆ, ਬਲਾਤਕਾਰ ਕਰਕੇ ਉਹਦਾ ਕਤਲ ਕੀਤਾ ਗਿਆ, ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ? ਦੇਖੋ ਜੀ, ਜੇ ਹੁਣ ਇਹੋ ਜਿਹੀਆਂ ਘਟਨਾਵਾਂ ਮਤਲਬ ਸਾਡੇ ਨਾਲ ਹੋਈ ਆ, ਇਹ ਅੱਗੇ ਵੀ ਹੋਣਗੀਆਂ। ਜੇ ਹੁਣੇ ਹੀ ਨਹੀਂ ਕੋਈ ਕਦਮ ਚੱਕਿਆ ਤਾਂ ਅੱਗੇ ਕੀ ਹੋਵੇਗਾ? ਬੱਚੇ ਕਿੱਥੇ ਸੇਫ ਰਹਿਣਗੇ? ਹੁਣ ਸਾਡੇ ਦਰ ਦੇ ਮੋਹਰੇ ਨਹੀਂ ਸਾਡੀ ਬੱਚੀ ਸੇਫ, ਇੱਥੋਂ ਹੀ ਲੈ ਗਏ, ਸਾਨੂੰ ਕੀ ਪਤਾ? ਉਹਨਾਂ ਨੇ ਮਾਰ ਦਿੱਤਾ, ਸਾਨੂੰ ਫਿਰ ਨਹੀਂ ਕੋਈ ਇਨਸਾਫ ਮਿਲ ਰਿਹਾ, ਕੋਈ ਸਾਡੀ ਪੁੱਛੇ ਨਹੀਂ ਹੋ ਰਹੀ। ਕਿੰਨੇ ਸਾਲਾਂ ਦੀ ਸੀ ਬੱਚੀ? 12 ਸਾਲਾਂ ਦੀ। ਜਿਸ ਮਨੁੱਖ ਨੇ ਕਾਰਾ ਕੀਤੇ ਦਾ ਨਾ ਕੋਈ ਆਪਣੀ ਕੋਈ ਦੁਸ਼ਮਣੀ ਵੀ ਆ? ਨਹੀਂ, ਸਾਨੂੰ ਕੋਈ ਨਹੀਂ ਸੀ ਇਦਾਂ ਦਾ, ਅਸੀਂ ਕਦੇ ਕੋਈ ਮਾੜੀ ਚੰਗੀ ਨਹੀਂ ਗੱਲ ਕੀਤੀ, ਕੋਈ ਵੀ ਨਹੀਂ ਸੀ ਇਦਾਂ ਦੀ, ਕੋਈ ਗੱਲ ਹੀ ਨਹੀਂ ਸੀ। ਪਤਾ ਨਹੀਂ ਇਹ ਕਿਹੋ ਜਿਹਾ ਉਹਦਾ ਦਿਮਾਗ ਜਿਹਨੇ ਇੰਨਾ ਐਡਾ ਵੱਡਾ ਜ਼ੁਲਮ ਕਰ ਦਿੱਤਾ, ਧੱਕਾ ਹੋਇਆ ਸਾਡੇ ਨਾਲ, ਸੋਚੀ ਸਮਝੀ ਸਾਜਿਸ਼ ਕੀਤੀ ਗਈ ਆ, ਥੋੜੇ ਮਾਰੇ ਉਹਨਾਂ ਨੇ। ਸਾਨੂੰ ਇਹ ਇਨਸਾਫ ਚਾਹੀਦਾ, ਸਾਡੀ ਬੱਚੀ ਨੂੰ ਇਨਸਾਫ ਨਹੀਂ ਤੇ ਉਹਨੇ ਫਾਂਸੀ, ਉਹਨਾਂ ਨੂੰ ਆਪਣੇ ਜਿੰਨੇ ਵੀ ਦਰਿੰਦੇ ਆ ਜਿੰਨੇ ਵੀ ਨਾਲ ਸੀਗੇ ਸਾਰਿਆਂ ਨੂੰ ਫਾਂਸੀ ਮਿਲਣੀ ਚਾਹੀਦੀ ਆ, ਸਾਨੂੰ ਇਨਸਾਫ ਚਾਹੀਦਾ ਹੈ। ਜਿਹੜਾ ਮੁਲਜ਼ਮ ਫੜਿਆ ਆ ਉਹਨੂੰ ਪੁੱਛਗਿੱਛ ਕਰਨ, ਉਹਦੇ ਉਹੀ ਸਾਰਾ ਕੁਛ ਦੱਸ ਸਕਦਾ ਹੈ, ਸਾਨੂੰ ਇਸ ਬਾਰੇ ਕੋਈ ਨਹੀਂ ਪਤਾ। ਕਿੰਨੇ ਦਿਨਾਂ ਬਾਅਦ ਲਾਸ਼, ਕਿੰਨੇ ਦਿਨਾਂ ਬਾਅਦ ਮਿਲੀ? ਉਸ ਦਿਨ ਹੀ ਅਸੀਂ ਜਦੋਂ ਲੱਭ ਰਹੇ ਸੀ ਉਸ ਟਾਈਮ ਬਾਅਦ 7:30 ਪੁਲਿਸ ਆ ਗਈ, ਉਹਨਾਂ ਨੇ ਉਹਦਾ ਜਿੰਦਾ ਅੰਦਰਲਾ ਜਿੰਦਾ ਖੁਲਵਾਇਆ, ਉੱਥੇ ਹੀ ਲਾਸ਼ 7:30 ਵਜੇ ਉਹਦੇ ਘਰ ਸੀ। ਉਸੇ ਵੇਲੇ ਉਹਨੇ ਮੰਨ ਲਿਆ ਕਿ ਮੈਂ ਹੀ ਕੀਤਾ ਆ। ਅੱਛਾ, ਮੰਨ ਵੀ ਘਰੇ ਹੀ, ਉੱਥੇ ਹੀ ਮੰਨ ਗਿਆ? ਹਾਂਜੀ, ਫੜ ਹੋ ਗਿਆ ਜੀ, ਉੱਥੇ ਫੜ ਹੋ ਗਿਆ ਜੀ। ਮੈਂ ਉਸੇ ਟਾਈਮ ਉਹਨੂੰ ਪੁਲਿਸ ਨੇ ਉੱਥੇ ਹੀ ਫੜ ਲਿਆ, ਅਸੀਂ ਆਪਣੀ ਬੱਚੀ ਸਾਹਮਣੇ ਰਹੇ, ਪੁਲਿਸ ਉਹਨੂੰ ਕੱਢ ਕੇ ਲੈ ਗਈ, ਸਾਡੀ ਬੱਚੀ ਨੂੰ ਨਹੀਂ ਦੇਖਿਆ ਉਹਨਾਂ ਨੇ, ਅਸੀਂ ਆਪਣੀ ਬੱਚੀ ਆਪ ਸਾਂਭੀ ਆ।
बाकी ओनू लै गए मुलजम ने। हुण भी कोई दस नहीं रहे मुलजम ने की बोलिया की नहीं, वो सानू कुछ नहीं पता लग रहा। असि उत्थे ही बैठे हैं, अपने घरों बच्ची भी गवा लई है। ਆਪਾਂ ਨੂੰ ਸ਼ੱਕ ਸੀ ਜਿਵੇਂ ਆਪਾਂ ਉਹਨਾਂ ਦੇ ਘਰੇ ਲੋਕ ਲੱਗਾ ਹੋਇਆ ਉਸ ਘਰ ਨੂੰ, ਕੋਈ ਸ਼ੱਕ ਨਹੀਂ ਸੀ ਸਾਨੂੰ। ਜੇ ਪਤਾ ਹੁੰਦਾ ਅਸੀਂ ਪਹਿਲਾਂ ਹੀ ਨਾ ਚਲ ਜਾਂਦੇ। ਤੇ ਫਿਰ ਉਹਦੀ ਤਲਾਸ਼ੀ ਕਿਵੇਂ ਲਈ ਗਈ ਉਸ ਘਰ ਦੀ? ਪੁਲਿਸ ਨੇ ਬੁਲਾਇਆ ਕਿ ਜਿੰਦਾ। ਅੱਛਾ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਤੁਸੀਂ? ਮੁਲਜ਼ਮਾਂ ਨੂੰ ਇਦਾਂ ਦੇ ਨੂੰ ਫਾਂਸੀ ਦਿੱਤੀ ਜਾਵੇ, ਜੋ ਵੀ ਨਾਲ ਹੈ ਉਹਦੇ ਪੁੱਛ ਪੜਤਾਲ ਕਰਕੇ ਉਹਨਾਂ ਨੂੰ ਵੀ ਲੱਭਿਆ ਜਾਵੇ। ਅਸੀਂ ਇਹੀ ਮੰਗ ਕਰਦੇ। ਇਹ ਸੀ ਇੱਕ ਬੱਚੀ ਦੀ ਮਾਂ ਦਾ ਦਰਦ। ਔਰ 12 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਹੋਇਆ। ਬਲਾਤਕਾਰ ਕਰਨ ਤੋਂ ਬਾਅਦ ਬੱਚੀ ਦੇ ਸਿਰ ਵਿੱਚ ਥੌੜੇ ਮਾਰ ਕੇ ਉਹਦਾ ਕਤਲ ਕੀਤਾ ਗਿਆ। ਔਰ ਨਜ਼ਦੀਕੀ ਹੀ ਬਿਲਕੁਲ ਨਾਲ ਹੀ ਇੱਥੋਂ ਘਰ ਆ, ਆਪਣੇ ਹੀ ਦਰਸ਼ਕਾਂ ਨੂੰ ਦਿਖਾ ਦਿੰਦੇ ਹਾਂ, ਕੋਈ ਬਾਹਲਾ ਦੂਰ ਨਹੀਂ ਗਾ, ਜਿੱਥੇ ਉਸ ਲਾਸ਼ ਨੂੰ ਲੁਕਾਇਆ ਗਿਆ ਔਰ ਉਹਦੀ ਕਤਲ ਕਰਕੇ ਉੱਤੇ ਮਿੱਟੀ ਦਾ ਬੋਰਾ ਭਰ ਕੇ ਉਹਦੇ ਉੱਤੇ ਰੱਖ ਦਿੱਤਾ ਗਿਆ, ਰੇਤ ਦਾ ਬੋਰਾ। ਸੋ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਪਰਿਵਾਰ ਵੱਲੋਂ ਮੰਗ ਹੈ ਵੀ ਇਹੋ ਜਿਹੜੇ ਦੋਸ਼ੀ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ। ਤੁਸੀਂ ਦੇਖ ਰਹੇ ਹੋ ਦੀਪ ਦੱਬਣ TV ਚੈਨਲ। ਆਪਣੇ ਦਰਸ਼ਕਾਂ ਨੂੰ ਬੇਨਤੀ ਆ, ਕਿਰਪਾ ਕਰਕੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਇਹੋ ਜਿਹੜੇ ਕਹਿਰ ਕਮਾਉਣ ਵਾਲੇ ਨੇ, ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਆ? ਤੁਸੀਂ ਦੇਖਦੇ ਰਹੋ ਦੀਪ ਦਮਨ TV ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।